ISI ਨਹੀਂ ਚਾਹੁੰਦੀ ਕਿ ਨਵਾਜ਼ ਸ਼ਰੀਫ ਜੇਲ੍ਹ ਤੋਂ ਆਏ ਬਾਹਰ। ਇਸਲਾਮਾਬਾਦ ਹਾਈ ਕੋਰਟ ਦੇ ਜੱਜ ਸ਼ੌਕਤ ਅਜੀਜ਼ ਸਿੱਦਕੀ ਦਾ ਖੁਲਾਸਾ। ਮੈਂ ਅੱਲਾਹ ਕੋ ਗਵਾਹ ਕਰਕੇ ਕੋ ਅਮਾਨਤ ਕੇ ਤੌਰ ਪਰ ਮੁਝੇ ਨਹੀਂ ਮਾਲੂਮ ਕਿ ਆਜ ਕੇ ਬਾਅਦ ਕਿਆ ਹੋਗਾ, ਲੇਕਿਨ ਮੈਂ ਆਪਕੋ ਗਵਾਹ ਕਰਕੇ ਆਪਣੀ ਬਾਰ ਆਪਣੀ ਮਾਂ ਕੋ ਗਵਾਹ ਕਰਕੇ ਯੇ ਬਾਤ ਕਰ ਰਹਾ ਹੂੰ। ਆਜ ਕੇ ਇਸ ਦੌਰ ਮੇਂ ISI ਪੂਰੀ ਤਰ੍ਹਾਂ ਜੁਡੀਸ਼ਲ ਪ੍ਰੋਸੀਡਿੰਗਸ ਕੋ ਮੈਨੂਪਲੇਟ ਕਰਨੇ ਮੇਂ ਇਨਵੋਲਵ ਹੈ। ISI ਕੇ ਲੋਕ ਮੁਖਤਲਿਫ ਜਗ੍ਹਾ ਪਹੁੰਚ ਕਰ ਆਪਣੀ ਮਰਜ਼ੀ ਕੇ ਬੈਂਚ ਬਨਵਾਤੇ ਹੈ, ਕੇਸੋਂ ਕੀ ਮਾਰਕਿੰਗ ਹੋਤੀ ਹੈ। ਮੈਂ ਆਪਣੀ ਹਾਈ ਕੋਰਟ ਕੀ ਬਾਤ ਕਰਤਾ ਹੂੰ। ISI ਵਾਲੋ ਨੇ ਮੇਰੇ ਚੀਫ ਜਸਟਿਸ ਕੋ ਅਪਰੋਚ ਕਰਕੇ ਕਹਾ ਕਿ ਹਮਨੇ ਇਲੈਕਸ਼ਨ ਤੱਕ ਨਵਾਜ਼ ਸ਼ਰੀਫ ਔਰ ਉਸਕੀ ਬੇਟੀ ਕੋ ਬਾਹਰ ਨਹੀਂ ਆਨੇ ਦੇਣਾ, ਸ਼ੌਕਤ ਅਜ਼ੀਜ਼ ਸਦੀਕੀ ਕੋ ਬੈਂਚ ਮੇਂ ਮਤ ਸ਼ਾਮਿਲ ਕਰੋ।